ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦੇ ਦਿੱਤੀ ਗੁਰੂ ਅੰਗਦ ਸਾਹਿਬ ਸੱਜੇ ਅੱਠ ਗੁਰੂ ਅੰਗਦ ਸਾਹਿਬ ਬੈਠੇ ਹੈ, ਕੋਲ ਬੈਠੇ ਗੁਰੂ ਨਾਨਕ ਸਾਹਿਬ ਅਤੇ ਭਾਈ ਲਹਿਣਾ ਜੀ ਦੇ ਨਾ ਪਿਆਰ ਨਾਲ ਪਿੱਠ ਦੇ ਹੱਥ ਮਾਰ ਕੇ ਕਹਿੰਦੇ ਲਹਿਣਾ ਜੀ ਆਉਣ ਵਾਲੇ ਸਮੇਂ 'ਚ ਦੀਵਾਨ ਲੱਗਣਗੇ, ਤੁਸੀਂ ਸਾਡੇ ਵੱਲੋਂ ਸੰਗਤਾਂ ਨੂੰ ਇੱਕ ਗੱਲ ਕਹਿ ਦੇਣਾ, ਆਖੋ ਸਤਨਾਮ। ਉਹਨਾਂ ਹੱਥ ਜੋੜੇ ਵਿਗੇ ਪਏ ਸੀ, ਮਰੀ ਚੂਹੀ ਸੁੱਟਿਆ ਸੱਤ ਦੇ, ਕਣਕ ਵਿੱਚੋਂ ਗਾਰ ਵਗਦੀ ਪਈ, ਸਿਰ 'ਤੇ ਚੱਕ ਲੈੜਿਆ ਸੱਤ ਵਜੇ ਵਿਗੇ ਪਏ। ਅੱਧੀ ਰਾਤ ਗੁਰੂ ਨਾਨਕ ਸਾਹਿਬ ਕਹਿੰਦੇ ਕੱਪੜੇ ਧੋਇਆ ਸੁਕਾ ਕੇ ਲਿਆ ਸੱਤ ਵਜੇ। ਉਹ ਕਈਆਂ ਨੇ ਮਜ਼ਾਕ ਕੀਤਾ, ਲੈਣਾ ਜੀ ਸੂਰਜ ਚੜਿਆ ਪਿਆ ਕਿੱਥੋਂ ਸੁਕਾਓਗੇ? ਕਹਿੰਦੇ ਵੀ ਮੇਰਾ ਕੰਮ ਹੈ ਹੁਕਮ ਮੰਨਣਾ, ਆਖੋ ਸਾਧਨਾ, ਸੁਕਾਉਣੇ ਉਹਨਾਂ ਦਾ ਕੰਮ ਹੈ। ਵਿਖੇ ਪਏ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਗੱਲ ਕਹਿ ਦੇਣਾ ਸਾਡੇ ਵੱਲੋਂ ਸੰਗਤਾਂ ਨੂੰ, ਉਹ ਵਿਖੇ ਪਏ ਸੀ ਮਹਾਰਾਜ ਹੁਕਮ। ਉਹ ਗੱਲ ਜਿਹੜੀ ਕਹੀ ਸੁਣਿਓ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਨੂੰ ਆਉਣ ਵਾਲੇ ਸਮੇਂ ਦੀਵਾਨ ਲੱਗਣਗੇ, ਸੰਗਤ ਨੂੰ ਇੱਕ ਗੱਲ ਕਹਿ ਦੇਣਾ ਜੀ। ਕਿਹੜੀ? ਗੁਰੂ ਨਾਨਕ ਸਾਹਿਬ ਕਹਿੰਦੇ ਸੰਗਤਾਂ ਨੂੰ ਕਹਿ ਦੇਣਾ, ਜਿਹੜਾ ਵੀ ਜ਼ਿੰਦਗੀ ਵਿੱਚ ਜਪਜੀ ਸਾਹਿਬ ਦਾ ਸਹਾਰਾ ਲਏਗਾ, ਜਪਜੀ ਸਾਹਿਬ ਦੀ ਓਟ ਆਸਰਾ ਲਏਗਾ, ਉਹਦੇ ਕੰਮ ਅਸੀਂ ਨੇੜੇ ਹੋ ਕੇ ਆਪ ਕਰਾਂਗੇ। ਤੁਸੀਂ ਕਹੋਗੇ ਕਿੱਥੇ ਲਿਖਿਆ, ਕਿੱਥੇ ਕੀ ਸਬੂਤ ਹੈ ਜੀ? ਗੁਰੂ ਨਾਨਕ ਸਾਹਿਬ ਨੇ ਕਿਹਾ ਅਸੀਂ ਕੰਮ ਨੇੜੇ ਹੋ ਗਏ। ਜਪਜੀ ਸੇਵਨ ਪ੍ਰੀਤ ਸੋ ਜਾਹੀ, ਜਪਜੀ ਸੇਵਨ ਪ੍ਰੀਤ ਸੋ ਜਾਹੀ। ਔਖੀ ਘੜੀ ਆ ਗਈ, ਦੁੱਖ ਬਣ ਗਿਆ, ਸੋਚ ਟੈਨਸ਼ਨ ਚਲੀ ਗਈ, ਜਪਜੀ ਸਾਹਿਬ ਸ਼ੁਰੂ ਕਰ। ਜਪਜੀ ਸੇਵਨ ਪ੍ਰੀਤ ਸੋ ਜਾਹੀ, ਜਿਹੜਾ ਪ੍ਰੇਮ ਨਾਲ ਜਪਜੀ ਸਾਹਿਬ ਪੜ੍ਹਨੀ ਸ਼ੁਰੂ, ਸੇਵਨ ਹਾਜ਼ਰੀ ਲਾਉਣੀ ਸ਼ੁਰੂ ਕਰ ਦੇਗਾ। ਅਗਲੀ ਲਾਈਨ ਹੈ, ਮਮ ਸਮੀਪ ਪ੍ਰਾਪਤ ਹੋਏ ਤਾਂ ਹੀ। ਮਮ ਕਹਿੰਦੇ ਮੇਰੀ, ਸਮੀਪ ਦਾ ਅਰਥ ਹੈ ਨੇੜਤਾ। ਤੁਸੀਂ ਹਿੰਦੀ 'ਚ ਕਿਸੇ ਨੂੰ ਕਹਿਣਾ ਹੋਵੇ ਨਾ ਫਿਰ ਸਮੀਪ ਆਇਓ, ਸਮੀਪ ਪੰਜਾਬੀ 'ਚ ਕਹਿੰਦੇ ਨੇੜੇ ਆਉਣ। ਮਮ ਸਮੀਪ ਪ੍ਰਾਪਤ ਹੋਏ ਤਾਂ ਹੀ, ਜਿਹੜਾ ਜਪਜੀ ਸਾਹਿਬ ਦਾ ਸਹਾਰਾ ਲਏਗਾ, ਗੁਰੂ ਨਾਨਕ ਸਾਹਿਬ ਕਹਿੰਦੇ ਉਹਨੂੰ ਸਾਡੀ ਨੇੜਤਾ ਪ੍ਰਾਪਤ ਹੋਏਗੀ, ਉਹਦੇ ਰੁਕੇ ਹੋਏ ਕੰਮ ਅਸੀਂ ਨੇੜੇ ਹੋ ਕੇ ਆਪ ਕਰਾਂਗੇ। ਪਾਣੀ ਪੜਿਆ ਕਰੋ, ਪਾਣੀ ਸੁਣਿਆ ਕਰੋ, ਪਾਣੀ ਨੂੰ ਮੰਨਿਆ ਕਰੋ। ਪਰਮੇਸ਼ਰ ਕਾ